ਅੱਜ ਗੱਲ ਕਰਦੇ ਹਾਂ ਮਾਨਸਾ ਜ਼ਿਲ੍ਹੇ ਦੇ ਟੌਪ ਕਬੱਡੀ ਕਮੈਂਟੇਟਰ ਕਾਲਾ ਵੀਰੋ ਕੇ ਕਲਾਂ ਦੇ ਪਿੰਡ ਹੋਣ ਜਾ ਰਹੇ ਕਬੱਡੀ ਕੱਪ ਦੀ। ਕਬੱਡੀ ਦੀ ਦੁਨੀਆ ਵਿੱਚ ਕਾਲਾ ਵੀਰੋ ਕੇ ਨੇ ਥੋੜ੍ਹੇ ਸਮੇਂ ਵਿੱਚ ਹੀ ਆਪਣਾ ਵੱਡਾ ਨਾਮ ਕਮਾਇਆ ਹੈ। ਪਿੰਡ ਵੀਰੋ ਕੇ ਕਲਾਂ ਦੇ ਕਬੱਡੀ ਟੂਰਨਾਮੈਂਟ ਅਤੇ ਕਾਲੇ ਵੀਰੋ ਕੇ ਦਾ ਵੀ ਵੱਡੀ ਗੱਡੀ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ। ਆਉਣ ਵਾਲੀ 23 ਅਤੇ 24 ਫਰਵਰੀ ਦਿਨ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪਿੰਡ ਵੀਰੋ ਕੇ ਕਲਾਂ 'ਚ 10ਵਾਂ ਸ਼ਾਨਦਾਰ ਕਬੱਡੀ ਕੱਪ ਹੋਣ ਜਾ ਰਿਹਾ ਹੈ। ਇਹ ਕਬੱਡੀ ਕੱਪ ਡੇਰਾ ਬਾਬਾ ਅਲਖ ਰਾਮ ਯੁਵਾ ਕਲੱਬ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟਾਂ ਲਈ ਪੋਸਟਰ ਰਿਲੀਜ਼ ਕੀਤਾ ਜਾ ਚੁੱਕਿਆ ਹੈ, ਤਾਂ ਝਾਤ ਮਾਰਦੇ ਹਾਂ ਟੂਰਨਾਮੈਂਟ ਦੇ ਪੋਸਟਰ 'ਤੇ। ਇੱਥੇ ਪਹਿਲੇ ਦਿਨ 23 ਫਰਵਰੀ ਦਿਨ ਸ਼ੁੱਕਰਵਾਰ ਨੂੰ ਕਬੱਡੀ 90 ਕਿਲੋ ਦੇ ਮੈਚ ਕਰਵਾਏ ਜਾਣਗੇ। 90 ਕਿਲੋ ਦਾ ਪਹਿਲਾ ਇਨਾਮ 31,000 ਰੁਪਏ ਅਤੇ ਦੂਜਾ ਇਨਾਮ 21,000 ਰੁਪਏ ਹੈ। ਐਂਟਰੀ ਫੀਸ 300 ਰੁਪਏ ਹੈ। ਟੀਮ ਵਿੱਚ 2 ਖਿਡਾਰੀ ਬਾਹਰੋਂ ਖੇਡ ਸਕਦੇ ਨੇ। ਬੈਸਟ ਰੇਡਰ ਅਤੇ ਜਾਫੀ ਨੂੰ 4100 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। 90 ਕਿਲੋ ਦੀ ਐਂਟਰੀ ਸਵੇਰੇ 9 ਵਜੇ ਤੱਕ ਹੀ ਕਰਵਾਈ ਜਾਵੇਗੀ ਅਤੇ ਫਾਈਨਲ ਮੈਚ 3 ਵਜੇ ਤੱਕ ਕਰਵਾ ਦਿੱਤਾ ਜਾਵੇਗਾ, ਕਿਉਂਕਿ 90 ਕਿਲੋ ਦੇ ਮੈਚਾਂ ਤੋਂ ਬਾਅਦ ਗਾਇਕ ਹਰਜੀਤ ਸਿੱਧੂ ਅਤੇ ਬੀਬਾ ਪ੍ਰਵੀਨ ਦਰਦੀ ਦਾ ਖੁੱਲ੍ਹਾ ਅਖਾੜਾ ਲੱਗੇਗਾ। ਗਾਇਕ ਜੋੜੀ ਵੱਲੋਂ ਸੱਭਿਆਚਾਰਕ ਗੀਤਾਂ ਨਾਲ ਰੰਗ ਬੰਨਿਆ ਜਾਵੇਗਾ। ਸਾਰੇ ਖੇਡਾਂ ਅਤੇ ਸੰਗੀਤ ਪ੍ਰੇਮੀਆਂ ਨੂੰ ਵੀਰੋ ਕੇ ਕਲਾਂ ਪਹੁੰਚਣ ਲਈ ਕਲੱਬ ਵੱਲੋਂ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਦੂਜੇ ਦਿਨ 24 ਫਰਵਰੀ ਦਿਨ ਸ਼ਨੀਵਾਰ ਨੂੰ ਕਬੱਡੀ 75 ਕਿਲੋ ਅਤੇ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ। ਕਬੱਡੀ 75 ਕਿਲੋ ਦਾ ਪਹਿਲਾ ਇਨਾਮ 21,000 ਰੁਪਏ ਅਤੇ ਦੂਜਾ ਇਨਾਮ 15,000 ਰੁਪਏ ਹੈ। ਐਂਟਰੀ ਫੀਸ 200 ਰੁਪਏ ਹੈ। ਟੀਮ ਵਿੱਚ 2 ਖਿਡਾਰੀ ਬਾਹਰੋਂ ਖੇਡ ਸਕਦੇ ਨੇ। ਬੈਸਟ ਰੇਡਰ ਅਤੇ ਸਟੋਪਰ ਨੂੰ 3100 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। 75 ਕਿਲੋ ਦੀ ਐਂਟਰੀ ਸਵੇਰੇ 9 ਵਜੇ ਤੱਕ ਹੀ ਕਰਵਾਈ ਜਾਵੇਗੀ, ਕਿਉਂਕਿ 12 ਵਜੇ ਤੋਂ ਕਬੱਡੀ ਓਪਨ ਦੇ ਮੈਚ ਸ਼ੁਰੂ ਹੋ ਜਾਣਗੇ। ਓਪਨ ਇੱਕ ਪਿੰਡ ਦੀਆਂ ਸੱਦਾ ਦਿੱਤੀਆਂ 16 ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ। ਓਪਨ ਦਾ ਪਹਿਲਾ ਇਨਾਮ 61,000 ਰੁਪਏ ਅਤੇ ਦੂਜਾ ਇਨਾਮ 41,000 ਰੁਪਏ ਹੈ। ਐਂਟਰੀ ਫੀਸ 500 ਰੁਪਏ ਹੋਵੇਗੀ ਅਤੇ ਟੀਮ ਵਿੱਚ ਇੱਕ ਖਿਡਾਰੀ ਬਾਹਰੋਂ ਖੇਡ ਸਕਦਾ ਹੈ। ਬੈਸਟਾਂ ਦਾ ਵਿਸ਼ੇਸ਼ ਸਨਮਾਨ 4 ਟਰੈਕਟਰਾਂ ਨਾਲ ਕੀਤਾ ਜਾਵੇਗਾ। ਇਹਨਾਂ ਮੈਚਾਂ ਦਾ ਲਾਈਵ ਪ੍ਰਸਾਰਣ www.123live.in ਰਾਹੀਂ ਕੀਤਾ ਜਾਵੇਗਾ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਕਬੱਡੀ ਪ੍ਰੇਮੀ ਅਤੇ ਦੂਰ ਬੈਠੇ ਦਰਸ਼ਕ ਵੀ ਘਰ ਬੈਠੇ ਹੀ ਯੂਟਿਊਬ ਉੱਤੇ ਲਾਈਵ ਪ੍ਰਸਾਰਣ ਦਾ ਆਨੰਦ ਮਾਣ ਸਕਣਗੇ। ਪਿੰਡ ਦੇ ਹੀ ਜੰਪਲ ਅਤੇ ਕਬੱਡੀ ਅਤੇ ਕ੍ਰਿਕਟ ਦੀ ਦੁਨੀਆ 'ਚ ਆਪਣਾ ਅਤੇ ਪਿੰਡ ਦਾ ਨਾਂ ਚਮਕਾਉਣ ਵਾਲੇ ਮਸ਼ਹੂਰ ਕਮੈਂਟੇਟਰ ਕਾਲਾ ਖਾਨ ਵੀਰੋ ਕੇ ਦਾ ਟੂਰਨਾਮੈਂਟਾਂ ਦੌਰਾਨ ਪਿੰਡ ਦੇ NRI ਅਤੇ ਫੌਜੀ ਵੀਰਾਂ ਅਤੇ ਕ੍ਰਿਕਟ ਵਾਲੇ ਯਾਰਾਂ ਦੋਸਤਾਂ ਵੱਲੋਂ ਸਵਿਫਟ VDI ਗੱਡੀ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ। ਨਾਲ ਹੀ ਹਰਜਿੰਦਰ ਮਾਨ ਮੈਟ੍ਰਿਕ ਸੈਲੂਨ ਬੁਢਲਾਡਾ ਵੱਲੋਂ ਵੀ ਵਾਸ਼ਿੰਗ ਮਸ਼ੀਨ ਨਾਲ ਕਾਲੇ ਵੀਰੋ ਕੇ ਦਾ ਸਨਮਾਨ ਕੀਤਾ ਜਾਵੇਗਾ। ਟੀਮ ਬੁਢਲਾਡਾ ਪੰਜਾਬ ਵੱਲੋਂ ਵੀ ਕਾਲਾ ਵੀਰੋ ਕੇ ਨੂੰ ਇਸ ਵਿਸ਼ੇਸ਼ ਸਨਮਾਨ ਲਈ ਬਹੁਤ ਬਹੁਤ ਮੁਬਾਰਕਾਂ। ਟੂਰਨਾਮੈਂਟਾਂ ਸੰਬੰਧੀ ਹੋਰ ਜਾਣਕਾਰੀ ਲਈ ਤੁਸੀਂ ਸਕਰੀਨ 'ਤੇ ਦਿੱਤੇ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਆਪਣੇ ਦੋਸਤਾਂ ਅਤੇ ਸੰਗੀਤ ਅਤੇ ਕਬੱਡੀ ਪ੍ਰੇਮੀਆਂ ਨਾਲ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਅਤੇ ਬੁਢਲਾਡੇ ਦੇ ਨੇੜਲੇ ਪਿੰਡਾਂ ਦੇ ਮੇਲਿਆਂ ਅਤੇ ਟੂਰਨਾਮੈਂਟਾਂ ਦੀ ਜਾਣਕਾਰੀ ਲਈ ਸਾਡੇ ਫੇਸਬੁੱਕ ਪੇਜ ਬੁਢਲਾਡਾ ਪੰਜਾਬ ਨੂੰ ਲਾਈਕ ਅਤੇ ਫੋਲੋ ਕਰੋ ਅਤੇ ਯੂਟਿਊਬ ਉੱਤੇ ਸਾਡੇ ਚੈਨਲ ਜਿਉਂਦੇ ਰਹਿਣ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈੱਲ ਦਾ ਆਈਕਨ ਜ਼ਰੂਰ ਦਬਾਓ ਤਾਂ ਕਿ ਸਾਡੀਆਂ ਨਵੀਆਂ ਵੀਡੀਓਜ਼ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ। ਹੋਰ ਵੀ ਕਈ ਤਰ੍ਹਾਂ ਦੀਆਂ ਰੌਚਕ ਵੀਡੀਓਜ਼ ਤੁਸੀਂ ਸਾਡੇ ਫੇਸਬੁੱਕ ਪੇਜ ਬੁਢਲਾਡਾ ਪੰਜਾਬ 'ਤੇ ਜਾਂ ਯੂਟਿਊਬ ਚੈਨਲ ਜਿਉਂਦੇ ਰਹਿਣ ਦੀ ਪਲੇਲਿਸਟ 'ਤੇ ਜਾ ਕੇ ਦੇਖ ਸਕਦੇ ਹੋ। ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਲੱਗਦੀਆਂ ਨੇ ਇਸ ਬਾਰੇ ਵੀ ਸਾਨੂੰ ਕਮੈਂਟ ਕਰਕੇ ਆਪਣੀ ਫੀਡਬੈਕ ਦਿੰਦੇ ਰਿਹਾ ਕਰੋ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।